ਦੇਖੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਵਾਅਦੇ ਕਰਕੇ ਮੁੱਕਰੀ ਹੈ, ਸਾਡੇ ਨਾਲ ਅੰਦੋਲਨ ਦੇ ਦੌਰਾਨ ਕੁਛ ਵਾਅਦੇ ਕੀਤੇ ਸੀ, ਉਹਨਾਂ ਤੋਂ ਮੁੱਕਰ ਵੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਸੀ ਔਰ ਲੋਕਾਂ ਦੇ ਕੇਸ ਮੁਕੱਦਮੇ ਵਾਪਸ ਲੈਣੇ, ਸਾਡਾ ਵਾਅਦਾ ਕੀਤਾ ਸੀ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਔਰ ਘੱਟੋ ਘੱਟ ਕਿਸਾਨਾਂ ਦਾ ਕਰਜ਼ਾ ਜ਼ਰੂਰ ਅਸੀਂ ਮਾਫ਼ ਕਰਾਂਗੇ। ਇਹ ਸਾਰੇ ਵਾਅਦੇ ਕੀਤੇ ਸਰਕਾਰ ਨੇ, ਉਹਦੇ ਤੋਂ ਮੁੱਕਰੇ ਔਰ ਤੁਸੀਂ ਦੇਖਿਆ ਅੱਜ ਦੇ ਚੋਣਾਂ ਦੇ ਦੌਰਾਨ ਇਹ ਸਰਕਾਰ ਇਹੀ ਰੌਲਾ ਪਾਉਂਦੀ ਰਹੀ ਹੈ, ਉਹੀ ਬੀਜੇਪੀ ਰੌਲਾ ਪਾਉਂਦੀ ਰਹੀ ਹੈ ਕਿ ਡਬਲ ਸੀਟੀਓ ਜੋ ਭਾਰਤ ਬਾਹਰ ਆਵੇ, ਲੇਕਿਨ ਹੁਣ 10 ਸਾਲ ਉਹਦੇ ਰਾਜ ਕਰਦਿਆਂ ਨੂੰ ਉਹ ਭੁੱਲੀਆਂ ਬੈਠੀਆਂ ਨੇ ਸਾਰੀਆਂ ਗੱਲਾਂ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਮੁੜ ਦੁਬਾਰਾ ਮਤਲਬ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਔਰ 13 ਫਰਵਰੀ ਨੂੰ ਵੱਡਾ ਇਕੱਠ ਲੈ ਕੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ, ਜਿਹਦੇ 'ਚ ਅਸੀਂ ਵੱਖ ਵੱਖ ਸਟੇਟਾਂ 'ਚ ਜਿਵੇਂ ਪੰਜਾਬ ਦੇ ਵਿੱਚ ਅੱਜ ਦੂਜੀ ਪਹਿਲਾਂ ਜੰਡਿਆਲਾ ਗੁਰੂ ਅੱਜ ਇੱਥੇ ਬਰਨਾਲੇ 'ਚ ਹੋ ਰਹੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਹਰਿਆਣੇ 'ਚ ਵੀ ਵੱਡੀਆਂ ਕਿਸਾਨ ਮਹਾਂ ਪੰਚਾਇਤਾਂ ਹੋਣ ਜਾ ਰਹੀਆਂ ਨੇ, ਉੱਥੇ ਅਸੀਂ ਸਾਰੀ ਦੀ ਸਾਰੀ ਇਹਦੀ ਤਿਆਰੀ ਹੈ ਜਿਹੜੀ ਇਸ ਮੋਰਚੇ ਦੀ ਉਹਦੇ 'ਤੇ ਜ਼ੋਰ ਲੱਗਿਆ ਹੋਇਆ ਔਰ ਲੋਕਾਂ ਨੂੰ ਅਵੇਅਰ ਕਰਨ 'ਤੇ ਜ਼ੋਰ ਲੱਗਿਆ ਤਾਂ ਕਿ ਲੋਕਾਂ ਨੂੰ ਜਿਹੜੇ ਭੁਲੇਖੇ ਪਏ ਨੇ ਇਹ ਵੀ ਅੱਜ ਕੀ ਲੈਣ ਜਾ ਰਹੇ ਨੇ, ਇੱਕ ਇੱਕ ਗੱਲ ਲੋਕਾਂ ਤੱਕ ਪਹੁੰਚ ਜਾਏ, ਕਿਉਂਕਿ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਕੇ ਇੰਦਰਜ ਢੰਗ ਦੇ ਨਾਲ ਉਹ 3 ਕਾਨੂੰਨਾਂ ਦੇ ਰਾਹੀਂ ਜਿਸ ਤਰ੍ਹਾਂ ਜ਼ਮੀਨ ਲੈਣੀ ਚਾਹੁੰਦੀ ਸੀ ਉਹੀ ਬਦਲਵੇਂ ਰੂਪ ਦੇ ਵਿੱਚ ਫਿਰ ਲੈ ਕੇ ਆਈ ਹੈ ਔਰ ਉਹਦੇ ਖਿਲਾਫ਼ ਸਾਡੀ ਲੜਾਈ ਹੈ ਔਰ ਉਹਦੀ ਤਿਆਰੀ ਦੇ ਵਿੱਚ ਸਾਡੀ ਅੱਜ ਪਿੰਡ ਪੰਚਾਇਤ ਹੈ, ਜਿਵੇਂ ਤੁਸੀਂ ਦੇਖੋਗੇ ਵਾਹਿਗੁਰੂ ਕਿਰਪਾ ਕਰਨਗੇ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਰ ਥੋੜ੍ਹਾ ਸਮੇਂ ਤੁਹਾਨੂੰ ਨਜ਼ਰ ਆਏਗੀ। ਸਰਕਾਰਾਂ ਨੂੰ ਪਤਾ ਜਦੋਂ ਅਸੀਂ ਕਿਸਾਨਾਂ ਤੇ ਵਾਰ ਕਰਨਾ ਹੈ ਉਦੋਂ ਪੰਜਾਬ ਤੇ ਹਰਿਆਣਾ ਦੋ ਆ ਜਿਹੜੇ ਤਕੜੇ ਮਾਰਸ਼ਲ ਸਟੇਟਾਂ ਇਹ ਲੜਾਈ ਲੜਦੇ ਨੇ, ਇਹਨਾਂ ਨੂੰ ਕਿਵੇਂ ਖਿਲਾ ਕੇ ਰੱਖਿਆ ਜਾ ਸਕਦਾ, ਉਹ ਸਾਜ਼ਿਸ਼ ਹੈ ਉਹ ਰਚੀ ਜਾ ਰਹੀ ਹੈ ਦੁਬਾਰਾ ਫਿਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਜਿਹੜੇ ਪੋਲੀਟੀਕਲ ਧਿਰਾਂ ਵੱਲੋਂ ਉਹਦੇ ਵੱਲ ਨੂੰ ਲੋਕਾਂ ਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਇਹ ਸਰਕਾਰ ਦੀ ਚਾਲ ਕਿਤੇ ਅਸੀਂ ਸਫਲ ਨਹੀਂ ਹੋ ਜਾਵਾਂਗੇ। ਪੂਰਾ ਪੰਜਾਬ ਤੇ ਹਰਿਆਣੇ ਦੇ ਕਿਸਾਨ ਉੱਥੇ ਸਾਂਝੀ ਸੰਗ ਬਣਾਉਣਗੇ ਤੇ ਇਹਦੇ ਤੇ ਅਸਲ ਲੜਾਈ ਕੀ ਹੈ, ਅਸਲ ਮੁੱਦਾ ਕੀ ਹੈ। ਹਾਂ, ਐਸਕਿਊਐਮ ਨਾਨ ਪੋਲੀਟੀਕਲ ਦੀਆਂ ਜਿਹੜੀਆਂ ਹਿੱਸਾ ਜਥੇਬੰਦੀਆਂ ਨੇ, ਜਿਵੇਂ ਖਾਸ ਕਰਕੇ ਸਭ ਪੰਜਾਬ ਦੇ ਵਿੱਚੋਂ 17 ਜਥੇਬੰਦੀਆਂ ਨੇ ਜਿਹੜੀਆਂ ਅੱਜ ਇੱਥੇ ਪਾਰਟੀਸਪੇਟ ਹੈ, ਹਰਿਆਣੇ ਦੀਆਂ 4-5 ਜਥੇਬੰਦੀਆਂ ਦੇ ਲੀਡਰਸ਼ਿਪ ਇੱਥੇ ਆਉਣਗੇ ਔਰ ਬਾਕੀ ਜਿਹੜੀਆਂ ਹੈਗੀਆਂ ਉਹ ਪੂਰੇ ਭਾਰਤ ਦੀਆਂ ਉਹ ਲਗਭਗ 72 ਜਥੇਬੰਦੀਆਂ ਪਹਿਲਾਂ ਸੀ ਔਰ 35 ਜਥੇਬੰਦੀਆਂ ਦਾ ਪਿਛਲੇ ਦਿਨਾਂ 'ਚ ਦੱਖਣੀ ਭਾਰਤ ਤੋਂ ਸਾਨੂੰ ਸਮਰਥਨ ਮਿਲਿਆ ਇਸ ਕੌਮ ਨਾਨ ਪੋਲੀਟੀਕਲ ਨੂੰ ਔਰ ਉਹ ਵੱਡਾ ਇੱਕ ਪਰਿਵਾਰ ਦੇ ਵਿੱਚ ਵਾਧਾ ਹੋਇਆ। ਉਮੀਦ ਕਰਦੇ ਹਾਂ ਕਿ ਜਿਵੇਂ ਦੱਖਣੀ ਭਾਰਤ ਪਹਿਲੇ ਅੰਦੋਲਨਾਂ ਦੇ ਵਿੱਚ ਸਾਡੇ ਤੋਂ ਪਛੜਿਆ ਰਿਹਾ, ਹੁਣ ਅਸੀਂ ਪਛੜ ਨਹੀਂ ਦੇਵਾਂਗੇ। ਥੋੜ੍ਹੇ ਜਿਹੇ ਸਮੇਂ ਦੇ ਦਿਨਾਂ ਦੇ ਵਿੱਚ ਸਾਡੀ ਇੱਕ ਵੱਡਾ ਪੰਚਾਇਤ ਬਿਹਾਰ 'ਚ ਹੋਣ ਜਾ ਰਹੀ ਹੈ ਪਟਨਾ ਦੇ ਨੇੜੇ ਔਰ ਉਹਦੇ 'ਚ ਵੀ ਤੁਸੀਂ ਦੇਖੋਗੇ ਜਿਹੜਾ ਬਿਹਾਰ ਪਿਛਲੀ ਵਾਰੀ ਐਬਸੈਂਟ ਰਿਹਾ ਅੱਜ ਕੀ ਬਿਹਾਰ ਵੀ ਐਬਸੈਂਟ ਨਹੀਂ ਰਹੇਗਾ। ਦੇਖੋ ਜਥੇਬੰਦੀਆਂ ਜਿਹੜੀਆਂ ਸੱਚੀਆਂ ਕਿਸਾਨ ਜਥੇਬੰਦੀਆਂ ਨੇ ਜਿਹਨਾਂ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਉਹ ਸਾਰੀਆਂ ਹੌਲੀ ਹੌਲੀ ਤੁਹਾਡੇ ਸਾਹਮਣੇ ਇੱਥੇ ਮੈਦਾਨ ਦੇ ਵਿੱਚ ਨਜ਼ਰ ਆ ਜਾਣਗੀਆਂ, ਬਹੁਤ ਸਾਰੀਆਂ ਆ ਚੁੱਕੀਆਂ, ਰਹਿੰਦੀ ਕੋਈ ਰਹਿੰਦੀ ਹੋਈ ਜੇ ਉਹ ਵੀ ਆ ਜਾਵੇ। ਅੱਜ ਦੀ ਜਿਹੜੀ ਮਹਾਂਪੰਚਾਇਤ ਹੈ ਇਹ ਪਹਿਲੀ ਨਹੀਂ, ਇਹ ਪੂਰੇ ਭਾਰਤ ਵਿੱਚ ਪੰਚਾਇਤਾਂ ਹੋ ਰਹੀਆਂ ਨੇ, ਪੰਜਾਬ ਦੇ ਵਿੱਚ ਵੀ ਇਹ 4ਵੀਂ ਮਹਾਂਪੰਚਾਇਤ ਹੈ ਜਿਹਦੇ ਵਿੱਚ ਲੱਖਾਂ ਦਾ ਇਕੱਠ ਤੁਸੀਂ ਵੇਖ ਰਹੇ ਹੋ ਕਿ ਅੱਜ ਧੁੰਦ ਦਾ ਵੀ ਪੂਰਾ ਪ੍ਰਕੋਪ
ਔਰ ਇੰਨੀ ਵੱਡੀ ਠੰਡ ਦੇ ਵਿੱਚ ਇਹ ਜਿਹੜਾ ਇਕੱਠ ਹੋ ਰਿਹਾ, ਜਿਹੜੀਆਂ ਕੇਂਦਰ ਸਰਕਾਰ ਨੇ ਜਿਹੜੀਆਂ ਮੰਗੀਆਂ ਮੰਨਾਂ ਸੀ, ਮੰਗਾਂ ਮੰਨ ਕੇ ਅਤੇ ਉਹ ਲਾਗੂ ਨਹੀਂ ਕੀਤੀਆਂ, ਜਿਸ ਕਰਕੇ ਦੁਬਾਰਾ 13 ਫਰਵਰੀ 2024 ਦੇ ਵਿੱਚ ਦਿੱਲੀ ਕੂਚ ਦਾ ਬਿਗਲ ਜਿਹੜਾ ਉਹ ਵਜਾ ਦਿੱਤਾ ਹੈ ਅਤੇ ਉਹਦੀ ਤਿਆਰੀ ਵਿੱਚ ਹੀ ਜਿਹੜਾ ਇਹ ਸਾਰੇ ਭਾਰਤ ਵਿੱਚ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਅਤੇ ਇਹ ਤਿਆਰੀ ਜਿਹੜੀ ਹੈ ਇਹ ਹੋ ਰਹੀ ਹੈ। ਦੇਖੀਏ, ਦੁਬਾਰਾ ਸੇ 13 ਫਰਵਰੀ ਕੀ ਕਾਲ ਦੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਹੈ ਰਾਜਨੀਤਿਕ ਦੁਆਰਾ ਔਰ ਉੱਤਰ ਭਾਰਤ ਕੀ 18 ਜਥੇਬੰਦੀਆਂ ਦੁਆਰਾ, ਔਰ ਉਸ ਦਿਨ 13 ਫਰਵਰੀ ਕੋ ਦੇਸ਼ ਭਰ ਸੇ ਲੱਖੋਂ ਕਿਸਾਨ ਦਿੱਲੀ ਕੀ ਤਰਫ ਕੂਚ ਕਰੇਂਗੇ। ਔਰ ਉਸ ਅੰਦੋਲਨ ਕੀ ਜੋ ਮੁੱਖ ਮੰਗ ਹਮਾਰੀ ਹੈ, ਸਭਸੇ ਪਹਿਲੀ ਮੰਗ ਇਹ ਹੈ ਕਿ MSP ਪੇ ਗਾਰੰਟੀ ਕਾ ਕਾਨੂੰਨ ਬਣਾਇਆ ਜਾਏ। ਪ੍ਰਧਾਨ ਮੰਤਰੀ ਮੋਦੀ ਜੀ ਜਬ ਮੁੱਖ ਮੰਤਰੀ ਹੋਤੇ ਥੇ ਗੁਜਰਾਤ ਕੇ ਔਰ ਕੰਜ਼ੂਮਰ ਅਫੇਅਰ ਕਮੇਟੀ ਕੇ ਚੇਅਰਮੈਨ ਥੇ, ਤੋ ਉਨ੍ਹੋਂਨੇ ਉਸ ਸਮੇਂ ਕੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਕੋ ਚਿੱਠੀ ਲਿਖੀ ਥੀ ਕਿ ਡਾਕਟਰ ਸਾਹਿਬ ਖਾਲੀ MSP ਘੋਸ਼ਿਤ ਕਰਨ ਸੇ ਕੁਛ ਨਹੀਂ ਹੋਗਾ, MSP ਕਿਸਾਨੋਂ ਕੋ ਮਿਲਣਾ ਚਾਹੀਏ। ਲੇਕਿਨ ਪ੍ਰਧਾਨ ਮੰਤਰੀ ਬਣੇ ਉਨ੍ਹਾਂ 9 ਸਾਲ ਹੋ ਗਏ, ਆਜ ਤੱਕ MSP ਕੇ ਉੱਪਰ ਉਹ ਕੁਛ ਨਹੀਂ ਕਰ ਰਹੇ ਹੈ। ਤੋ ਪਹਿਲੀ ਮੰਗ ਹੈ MSP ਪੇ ਗਾਰੰਟੀ ਕਾਨੂੰਨ ਬਣਾਇਆ ਜਾਏ ਔਰ MSP ਵੀ ਕੌਣ ਸਾ, ਸਵਾਮੀਨਾਥਨ ਆਯੋਗ ਕੇ C2+50% ਫਾਰਮੂਲੇ ਕੇ ਅਨੁਸਾਰ ਮਿਲਣਾ ਚਾਹੀਏ, ਜਿਸ ਕੇ ਤਹਿਤ ਹਰਿਆਣਾ ਔਰ ਪੰਜਾਬ ਮੇ ਅੱਜ ਗੇਹੂੰ ਕਾ MSP 4,000 ਰੁਪਏ ਪ੍ਰਤੀ ਕੁਇੰਟਲ ਬਣਤਾ ਹੈ। ਤੀਸਰੀ ਹਮਾਰੀ ਜੋ ਮੰਗ ਹੈ, ਦੇਸ਼ ਕੇ ਸਭੀ ਕਿਸਾਨੋਂ ਕੋ ਕਰਜ਼ ਮੁਕਤ ਕੀਆ ਜਾਏ। ਅਭੀ ਸਰਕਾਰ ਨੇ ਸੰਸਦ ਕੇ ਅੰਦਰ ਇੱਕ ਸਵਾਲ ਕਾ ਜਵਾਬ ਦੇਤੇ ਹੋਏ ਬਤਾਇਆ ਕਿ 2014 ਸੇ ਲੇਕੇ 2022 ਕੇ ਬੀਚ ਮੇ ਮਾਤਰ 8 ਸਾਲੋਂ ਮੇ ਮੋਦੀ ਸਰਕਾਰ ਨੇ ਬੜੇ ਬੜੇ ਕਾਰਪੋਰੇਟ ਗਰਾਨੋ ਕਾ 14,53,000 ਕਰੋੜ ਰੁਪਿਆ ਕਰਜ਼ਾ ਮਾਫ਼ ਕਰ ਦਿਆ, NPA ਕਰ ਦਿਆ। ਲੇਕਿਨ ਜਬ ਕਿਸਾਨੋਂ ਦਾ ਕਰਜ਼ਾ ਮਾਫ਼ ਕਰਨੇ ਕੀ ਬਾਤ ਆਤੀ ਹੈ ਤੋ ਮੋਦੀ ਸਰਕਾਰ ਕਹਿਤੀ ਹੈ ਹਮਾਰੇ ਪਾਸ ਪੈਸਾ ਨਹੀਂ ਹੈ, ਹਮਾਰੇ ਪਾਸ ਬਜਟ ਖਤਮ ਹੋ ਗਿਆ, ਲੇਕਿਨ ਕਾਰਪੋਰੇਟ ਗਰਾਨੋ ਕਾ ਪੈਸਾ ਮਾਫ਼ ਕਰਤੇ ਸਮੇਂ ਇਨਕੇ ਪਾਸ ਕੋਈ ਕਮੀ ਨਹੀਂ ਹੈ। ਤੋ ਤੀਸਰੀ ਹਮਾਰੀ ਮੰਗ ਹੈ ਦੇਸ਼ ਕੇ ਸੰਪੂਰਨ ਕਿਸਾਨੋਂ ਕੋ ਕਰਜ਼ ਮੁਕਤ ਕੀਆ ਜਾਏ। ਚੌਥੀ ਹਮਾਰੀ ਮੰਗ ਹੈ ਕਿ ਜੋ ਭੂਮੀ ਅਧਿਗ੍ਰਹਿਣ ਕਾਨੂੰਨ ਮੇ ਜੋ ਬਦਲਾਵ ਕੀਏ ਗਏ 2015 ਮੇ ਮੋਦੀ ਸਰਕਾਰ ਨੇ ਮਾਡਲ ਐਕਟ ਕੇ ਥਰੂ ਚੇਂਜ ਕੀਏ ਔਰ ਤਮਾਮ ਰਾਜਿਓ ਮੇ ਕਿਸਾਨੋਂ ਕੀ ਜ਼ਮੀਨੇ ਲੂਟੀ ਜਾ ਰਹੀ ਹੈ, ਉਸ ਲੂਟ ਕੋ ਬੰਦ ਕੀਆ ਜਾਏ। ਕਿਸੇ ਵੀ ਅਕਵਾਇਰਮੈਂਟ ਸੇ ਪਹਿਲੇ, ਭੂਮੀ ਅਧਿਗ੍ਰਹਿਣ ਸੇ ਪਹਿਲੇ ਕਿਸਾਨੋਂ ਕੀ ਸਹਿਮਤੀ ਲੈਣਾ ਜ਼ਰੂਰੀ ਹੈ। ਔਰ ਮੈਂ ਆਪਕੋ ਬਤਾ ਦੂੰ, ਅਭੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੇ ਨੇਤ੍ਰਤਵ ਮੇ ਹਮਾਰਾ 10 ਦਿਨ ਕਾ ਸਾਊਥ ਇੰਡੀਆ ਕਾ ਵੀ ਦੌਰਾ ਥਾ, ਜਿਸ ਕੇ ਤਹਿਤ ਕੇਰਲ ਮੇ, ਤਮਿਲਨਾਡੂ ਮੇ, ਕਰਨਾਟਕ ਮੇ, ਆਂਧਰ ਪ੍ਰਦੇਸ਼ ਮੇ, ਤੇਲੰਗਾਨਾ ਮੇ ਬੜੀ ਬੜੀ ਪੰਚਾਇਤੇ ਹੋਈ ਹੈ। ਔਰ ਵਹਾਂ ਸੇ ਵੀ ਲਗਭਗ 40 ਸੰਗਠਨੋਂ ਨੇ ਇਹ ਐਲਾਨ ਕੀਆ ਹੈ ਕਿ 13 ਫਰਵਰੀ ਕੋ ਜੋ ਦਿੱਲੀ ਕੂਚ ਹੋਗਾ ਉਸਮੇ ਸਾਊਥ ਇੰਡੀਆ ਕੀ ਵੀ ਬਹੁਤ ਬੜੀ ਭਾਗੇਦਾਰੀ ਰਹਿਣੇ ਵਾਲੀ ਹੈ। ਜੈਸੇ ਅਭੀ ਪੰਜਾਬ ਮੇ ਪੰਚਾਇਤੋਂ ਕਾ ਦੌਰ ਚੱਲ ਰਹਾ ਹੈ, 14 ਦਸੰਬਰ ਕੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਇਹ ਗਾਓਂ ਸਰਾਭਾ ਮੇ ਬਹੁਤ ਬੜੀ ਪੰਚਾਇਤ ਸੀ, ਉਸਕੇ ਬਾਅਦ ਮੋਗਾ ਮੇ ਹੋਈ, 2 ਤਾਰੀਖ ਕੋ ਜੰਡਿਆਲਾ ਗੁਰੂ ਮੇ ਹੋਈ, ਆਜ ਯਹਾਂ ਪੇ ਬਰਨਾਲਾ ਮੇ ਹੋ ਰਹੀ ਹੈ। ਇਸੀ ਤਰੀਕੇ ਸੇ 25 ਜਨਵਰੀ ਕੇ ਬਾਅਦ ਅਗਲੇ 15 ਦਿਨੋਂ ਤੱਕ ਹਰਿਆਣਾ ਮੇ 5 ਬੜੀ ਬੜੀ ਕਿਸਾਨ ਮਹਾਪੰਚਾਇਤੇ ਕਰੀ ਜਾ ਰਹੀ ਹੈ। ਔਰ ਅਬ ਕੀ ਬਾਰ ਪਿਛਲੇ ਸਾਲ ਪਿਛਲੇ ਅੰਦੋਲਨ ਕੇ ਵੀ ਮੁਕਾਬਲੇ ਜ਼ਿਆਦਾ ਸੰਖਿਆ ਮੇ ਹਰਿਆਣਾ ਕਾ ਕਿਸਾਨ ਇਸ ਅੰਦੋਲਨ ਮੇ ਭਾਗ ਲੇਗਾ। ਪਿਛਲੀ ਬਾਰ ਜਬ ਪੰਜਾਬ ਕੇ ਕਿਸਾਨ ਬਾਰਡਰ ਪੇ ਪਹੁੰਚੇ ਥੇ ਤੋ ਹਰਿਆਣਾ ਪੁਲਿਸ ਨੇ ਲਾਠੀਚਾਰਜ ਕੀ, ਆਸੂ ਗੈਸ ਕੇ ਗੋਲੇ ਛੋੜੇ, ਪਾਣੀ ਕੀ ਬੌਛਾਰੇ ਕਰੀ, ਤੋ ਉਸ ਸਮੇਂ ਹਰਿਆਣਾ ਦੇ ਕਿਸਾਨ ਅੱਗੇ ਆਏ ਥੇ ਔਰ ਸਾਰੇ ਬੈਰੀਕੇਡ ਤੋੜ ਕੇ ਪੰਜਾਬ ਕੇ ਕਿਸਾਨੋਂ ਕੇ ਲਈ ਰਾਸਤਾ ਸਾਫ਼ ਕਰਤੇ ਚਲੇ ਗਏ ਥੇ। ਅਬ ਕੀ ਬਾਰ ਜਬ ਪੰਜਾਬ ਕਾ ਕਿਸਾਨ ਹਰਿਆਣਾ ਬਾਰਡਰ ਪੇ ਆਏਗਾ ਤੋ ਵਹਾਂ ਪੇ ਹਰਿਆਣਾ ਕਿਸਾਨ ਹਜ਼ਾਰੋਂ ਕੀ ਸੰਖਿਆ ਮੇ ਮੌਜੂਦ ਹੋਗਾ ਔਰ ਫੂਲੋਂ ਕੇ ਸਾਥ ਆਪਣੇ ਪੰਜਾਬ ਕੇ ਕਿਸਾਨੀਓ ਦਾਊਂਗਾ ਕਿਸਾਨ ਭਾਈਓ ਕਾ ਸਵਾਗਤ ਕਰਿਆ ਜਾਏਗਾ। ਅੱਜ ਦੇਸ਼ ਦੇ ਦੋ ਵੱਡੇ ਫੋਰਮਾਂ ਦੀ, SKM ਗੈਰ ਰਾਜਨੀਤਿਕ ਅਤੇ ਦੇਸ਼ ਦੀਆਂ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦਾ ਅੱਜ ਦੂਜੀ ਮਹਾਂ ਰੈਲੀ ਜਿਹੜੀ ਬਰਨਾਲੇ 'ਚ ਹੋ ਰਹੀ ਆ। ਇੱਕ ਤਾਂ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕੀਤਾ ਵਾ, ਅੱਜ ਇਹ ਵੱਡਾ ਇਕੱਠ ਕਰਕੇ, ਠੀਕ ਆ, ਲੱਖਾਂ ਟਰੈਕਟਰ ਟਰਾਲੀਆਂ ਜਿਹੜੀਆਂ ਦਿੱਲੀ ਵੱਲ ਤੋਰਨੇ ਅਸੀਂ ਉਹਦੀ ਹੰਕਾਰ ਭਰਨੀ ਆ ਅੱਜ। ਜਿਹੜੀ ਸਰਕਾਰ ਕਹਿੰਦੀ ਸੀ, ਮੋਦੀ ਸਾਹਿਬ ਨੂੰ ਲੱਗਦਾ ਸੀ ਵੀ ਕਿਸਾਨਾਂ ਨੂੰ ਅਸੀਂ ਦਿੱਲੀ 'ਚੋਂ ਪਾੜ ਕੇ ਭੇਜਿਆ ਵਾ, ਇਹ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ। ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫਿਰ ਦਿੱਲੀ ਵੱਲ ਨੂੰ ਆ ਰਹੇ ਹਾਂ। ਵਜ੍ਹਾ ਉਹਦੀ ਇਹ ਆ ਵੀ ਮੋਦੀ ਸਰਕਾਰ ਨੇ ਜਿਹੜੀ 9 ਦਸੰਬਰ ਨੂੰ ਸਾਨੂੰ ਚਿੱਠੀ ਲਿਖੀ ਸੀਗੀ ਉਹਦੇ ਵਿੱਚ MSP ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ। UP ਸਰਕਾਰ ਨੇ ਲਖੀਮਪੁਰ ਖੀਰੀ ਦਾ ਇਨਸਾਫ ਦੇਣ ਦੀ ਗੱਲ ਕਹੀ ਸੀ। ਦਿੱਲੀ ਵਾਲੇ ਸਾਰੇ ਕੇਸ ਵਾਪਸ ਲੈਣ ਦੀ ਗੱਲ ਹੋਈ ਸੀਗੀ। ਬਿਜਲੀ ਸੰਸ਼ੋਧਨ ਬਿੱਲ ਦੇ
ਜਿਹੜਾ ਸੀ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਤੁਹਾਨੂੰ ਪੁੱਛਾਂਗੇ, ਪਰ ਉਹ ਚਿੱਪ ਵਾਲੇ ਮੀਟਰ ਲਾ ਕੇ ਸਾਡੇ ਗ੍ਰਿਡ ਵਿੱਚ ਕੇ ਲਾਗੂ ਹੋ ਰਿਹਾ। ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ, ਔਰ ਇਹ ਤੋਂ ਵੱਡੀਆਂ ਗੱਲਾਂ ਜਿਵੇਂ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਉਹਨਾਂ 'ਤੇ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਆ ਜਿਹਦੇ ਨਾਲ ਖੇਤੀ ਮੰਡੀ ਟੁੱਟਣੀਆਂ, ਔਰ ਲੈਂਡ ਐਕੁਜੀਸ਼ਨ ਐਕਟ ਦੇ ਵਿੱਚੋਂ ਇਹ ਮੱਧ ਕੱਢੀ ਜਾ ਰਹੀ ਆ ਵੀ ਹੁਣ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ। ਇਹਦੇ ਨਾਲ ਅੱਜ ਨਵੇਂ ਐਲਾਨ ਵੀ ਹੋਣਗੇ, ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੀਆਂ ਵੀ ਸਾਡੀਆਂ ਰਹਿੰਦੀਆਂ ਭਰਾਤਰੀ ਜਥੇਬੰਦੀਆਂ, ਮੁਲਾਜ਼ਮ ਜੱਥੀ ਜਥੇਬੰਦੀਆਂ, ਬੁੱਧੀਜੀਵੀ, ਪੱਤਰਕਾਰ, ਭਾਈਚਾਰਾ, ਵਿਦਿਆਰਥੀ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਦਿੱਲੀ ਦਾ ਅੰਦੋਲਨ ਵੱਡਾ ਵਾ, ਸਾਨੂੰ ਸਾਰਿਆਂ ਨੂੰ ਰਲ ਕੇ ਦਿੱਲੀ ਦਾ ਅੰਦੋਲਨ ਜਿੱਤਣਾ ਚਾਹੀਦਾ। ਦੇਖੋ ਸੰਘਰਸ਼ ਦਾ ਐਲਾਨ ਤਾਂ ਹੋ ਗਿਆ ਵੀ ਆਪਾਂ ਦਿੱਲੀ ਕੂਚ ਕਰ ਰਹੇ ਹਾਂ, ਹੁਣ ਉਹ ਕੂਚ ਦੇ ਵਿੱਚ ਜਿਵੇਂ ਕੋਈ ਬੁੱਧੀਜੀਵੀ ਨਾਲ ਸੰਵਾਦ ਕਰਨਾ ਵਾ ਉਹਦੀਆਂ ਗੱਲਾਂ ਹੋਣਗੀਆਂ, ਆਪਾਂ ਕੋਈ ਕਮੇਟੀ ਬਣਾਉਣ ਦਾ ਯਤਨ ਕਰਾਂਗੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰੂਗੀ, ਜਾਂ ਜਿਹੜੇ ਵਰਗ ਹਾਲੇ ਵੀ ਸਰਗਰਮ ਨਹੀਂ ਹੈਗੇ ਉਹਨੂੰ ਸਰਗਰਮ ਕਿਵੇਂ ਕਰੀਏ, ਇਹ ਗੱਲਾਂ ਅੱਜ ਦੇ ਇਕੱਠ ਵਿੱਚ ਹੋਣਗੀਆਂ। ਦੇਖੋ ਜੀ, ਇਹ ਪਿਛਲੇ ਦਿਨਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਔਰ 18 ਹੋਰ ਜਥੇਬੰਦੀਆਂ ਨਾਲ ਜਨਤਕ ਜਥੇਬੰਦੀਆਂ ਜਿਹੜੀਆਂ ਵਾ ਇਹ ਸਾਰੀਆਂ ਗੈਰ ਰਾਜਨੀਤਿਕ, ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਉਹਨਾਂ ਨੇ ਫੈਸਲਾ ਕੀਤਾ ਸੀ। ਇੱਕ ਰੈਲੀ ਸੀ ਕੀਤੀ ਆ 2 ਤਰੀਕ ਨੂੰ ਜੰਡਿਆਲੇ ਗੁਰੂ ਘਰ ਅੰਮ੍ਰਿਤਸਰ ਦੇ ਵਿੱਚ, ਅੱਜ ਜਿਹੜੀ ਆ ਇਹ ਬਰਨਾਲੇ ਰੈਲੀ ਹੋ ਰਹੀ ਆ, ਇਹ ਦੋਵੇਂ ਭਰਵੀਆਂ ਮਹਾਂ ਰੈਲੀਆਂ ਵਾ ਜਿਹਦੇ 'ਤੇ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਸਾਰੇ ਵਰਗ ਜਿਹੜਾ ਪੂਰੇ ਭਾਰਤ ਦਾ ਵਾ ਨਾ ਉਹ ਜਾਗ ਚੁੱਕਾ ਹੈ ਕਿ ਜਿਹੜਾ ਪਿਛਲੇ ਦਿਨੀ ਕਿਸਾਨਾਂ ਵੱਲੋਂ, ਮਜ਼ਦੂਰਾਂ ਵੱਲੋਂ, ਦੁਕਾਨਦਾਰਾਂ ਵੱਲੋਂ 13 ਮਹੀਨੇ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਚੱਲਿਆ ਸੀ, ਉਹਦੇ ਵਿੱਚ BJP ਵੱਲੋਂ ਕੁਝ ਕੁ ਮੰਗਾਂ ਜਿਹੜੀਆਂ ਉਹ ਸਤਿਕਾਰ ਕੀਤੀਆਂ ਗਈਆਂ ਸੀ ਕਿ ਕਿਸਾਨਾਂ ਦੀਆਂ ਮਜ਼ਦੂਰ ਮੰਗਾਂ ਜਿਹੜੀਆਂ ਵਾ ਉਹਨਾਂ ਦਾ ਹੱਲ ਕੀਤਾ ਜਾਊਗਾ, ਜਿਹਦੇ 'ਤੇ ਬਿਲਕੁਲ ਮੋਦੀ ਵੱਲੋਂ ਚਿੱਟਾ ਜਵਾਬ ਆ ਵੀ ਦੇਣ ਦੀ ਬਜਾਏ ਕੁਝ ਉਲਟਾ ਖੋਇਆ ਜਾ ਰਿਹਾ ਵਾ। ਪੰਜਾਬ ਦੇ ਵਿੱਚ ਵੱਡੇ ਵੱਡੇ ਰੋਡ ਕੱਢਦੇ ਨੇ ਧੱਕੇ ਨਾਲ, ਕਿਸਾਨਾਂ ਮਜ਼ਦੂਰਾਂ ਤੋਂ ਪੈਲੀਆਂ ਖੋਹ ਲੈਣੀਆਂ, ਜਿਹੜੇ ਵਾਅਦੇ ਕਿਤੇ ਭੱਜ ਜਾਣਾ, ਬੈਕਫੁੱਟ 'ਤੇ ਚਲੇ ਜਾਣਾ। ਸਰਕਾਰ ਜਿਹੜੀ ਆ ਉਹ ਹਰ ਪਾਸੇ ਤੋਂ ਬੈਕਫੁੱਟ 'ਤੇ ਜਾ ਚੁੱਕੀ ਆ, ਜਿਹਦੇ ਵਿੱਚ ਇੱਕ ਅੰਦੋਲਨ ਦੇ ਵਿੱਚੋਂ ਅੰਨੇ ਹਜ਼ਾਰੇ ਦੀ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ, ਜਿਹਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਜਿੰਨੀਆਂ ਵੀ ਹੈਗੀਆਂ ਉਹ ਮੰਨਦੀਆਂ ਵਾ ਕਿ BJP ਦੀ ਬੀ ਟੀਮ, ਉਹ ਬੀ ਟੀਮ ਸਾਡੇ ਤੋਂ ਫਾਇਦਾ ਲੈ ਗਈ ਕਿ ਪੰਜਾਬ ਦੀ ਸਰਕਾਰ ਬਣਾਗੀ, ਪੰਜਾਬ 'ਚ ਸਰਕਾਰ ਬਣਾਗੀ, ਪਰ ਉਹਨੇ ਵੀ ਪੰਜਾਬ ਦੇ ਨਾਲ ਵੱਡਾ ਖਿਲਵਾੜ ਕੀਤਾ ਵਾ, ਜਿੰਨੇ ਵਾਅਦੇ ਕੀਤੇ ਸੀ ਕੋਈ ਵੇਦਕ ਪੂਰਾ ਨਹੀਂ ਕੀਤਾ। ਇੱਥੇ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਵੀ ਤਰਾਸਦੀ ਆ ਕਿ ਜੋ ਅਸੀਂ ਆਪਣੇ ਆਪ ਨੂੰ ਸਾਰ ਲੋਕ ਠੱਗਿਆ ਜਾਂ ਮਹਿਸੂਸ ਕਰ ਰਹੇ ਆ ਕਿ ਅਸੀਂ ਬਦਲ ਲਿਆਂਦਾ ਸੀ ਕਿ ਅਕਾਲੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਰਵਾਇਤੀ ਪਾਰਟੀਆਂ ਸੀ ਉਹ ਮਾੜੀਆਂ ਹੋ ਚੁੱਕੀਆਂ ਵਾ ਅਤੇ ਇਹਨਾਂ ਦਾ ਬਦਲ ਲਿਆਈਏ। ਜਿੱਥੇ ਪੰਜਾਬ ਨਾਲ ਧੋਖਾ ਆ ਵਾ ਕਿ ਉਸੇ ਤਰ੍ਹਾਂ ਨਸ਼ਾ ਹੈ, ਉਸੇ ਰਿਸ਼ਵਤਖੋਰੀ ਹੈ, ਕੋਈ ਗੱਲ ਨਹੀਂ ਭਗਵੰਤ ਮਾਨ ਉਸੇ ਤਰ੍ਹਾਂ ਹੀ ਚੁਟਕਲੇ ਵਜਾ ਭੰਗੜਾ ਪਾ ਰਿਹਾ, ਇਹਦੇ 'ਤੇ ਵੀ ਤਰਾਸਦੀ ਆ। ਅਤੇ ਭਾਰਤ ਸਰਕਾਰ ਨੇ ਜ਼ਿਆਦਾ ਤਰਾਸਦੀ ਤਾਂ ਵਾ ਕਿ ਸਾਡਾ ਦੇਸ਼ ਆ ਭਾਰਤ, ਪਰ ਇਹਨੂੰ 3 ਫਿਰਕਿਆਂ 'ਚ ਵੰਡਿਆ ਹੋਇਆ ਹੈ, ਕੋਈ ਇਹਨੂੰ ਹਿੰਦੁਸਤਾਨ ਕਹੀ ਜਾਂਦਾ, ਕੋਈ ਇੰਡੀਆ ਕਹੀ ਜਾਂਦਾ ਵਾ, ਕੋਈ ਇਹਨੂੰ ਅਸਲ ਭਾਰਤ ਦੇਸ਼ ਆ, ਭਾਰਤ ਨੂੰ ਮੰਨਣ ਨੂੰ ਤਿਆਰ ਨਹੀਂ। ਅਤੇ ਭਾਰਤ 'ਚ ਰਹਿਣ ਵਾਲੇ ਲੋਕ ਜਿਹੜੇ ਆ ਉਹ ਬਿਲਕੁਲ ਆਪਦੀ ਰੋਜ਼ੀ ਰੋਟੀ ਤੋਂ ਤੰਗ ਹੋ ਚੁੱਕੇ ਆ। ਕਿਉਂ ਤੰਗ ਹੋ ਚੁੱਕੇ ਆ? ਕਿ ਜਿਹੜੇ ਸ਼ਾਹੂਕਾਰ ਸਿਸਟਮ ਆ ਉਹਨੂੰ ਮੋਦੀ ਲਾਗੂ ਕਰ ਰਿਹਾ ਵਾ, ਸਰਕਾਰ ਦੀ ਜਿੰਨੀ ਵੀ ਪ੍ਰੋਪਰਟੀ ਉਹਨੂੰ ਵੇਚ ਰਹੇ ਆ। ਇਸ ਕਰਕੇ ਸ਼ੰਕਾ ਵਾ ਭਾਰਤ ਦੇ ਲੋਕਾਂ ਨੂੰ ਕਿ ਜੇ ਅਸੀਂ ਕੁਛ ਨਾ ਕੀਤਾ ਤਾਂ ਜਿਹੜੇ ਮੋਦੀ ਸਾਹਿਬ ਆ ਉਹ ਸਾਡਾ ਦੇਸ਼ ਵੇਚ ਜਾਣਗੇ। ਅੱਜ ਕਿੰਨਾ ਕੁ ਇਕੱਠ ਹੋਣ ਦੀ ਉਮੀਦ ਹੈ? ਦੇਖੋ ਜੀ, ਉੱਥੇ ਤਾਂ ਲੱਖਾਂ ਨਾਲ ਇਕੱਠ ਹੋਇਆ ਵਾ, ਇੱਧਰ ਇਲਾਕਾ ਜਿਹੜਾ ਮਾਲਵੇ ਦਾ ਬਹੁਤ ਜਾਗਾ ਇਲਾਕਾ ਵਾ, ਵੱਡਾ ਇਲਾਕਾ ਵਾ, ਇੱਥੇ ਬਹੁਤ ਵੱਡੀ ਗਿਣਤੀ ਇਕੱਠ ਹੋਣ ਦੀ ਸਾਨੂੰ ਚਾਹਕ ਆ ਅਤੇ ਹੋਊਗਾ ਵੀ, ਕਿਉਂਕਿ ਲੋਕ ਜਾਗ ਚੁੱਕੇ ਆ। ਅੱਗੇ ਅੰਦੋਲਨ ਉਤਰਾ ਸੀ, ਹੁਣ ਅੰਦੋਲਨ ਜਿਹੜਾ ਵਾ ਲੋਕਾਂ ਦਾ ਦਿਮਾਗ ਦਾ ਅੰਦੋਲਨ ਆ, ਇਹ ਦਿਮਾਗ ਲੜਾਈ ਲੜਾਂਗੇ।
ਦੇਖੋ ਜੀ, ਜਿਹੜੀ ਅੱਜ ਦੀ ਮਹਾਂਪੰਚਾਇਤ ਆ ਇਹ ਇਕੱਲੀ ਬਰਨਾਲਾ 'ਚ ਨਹੀਂ ਹੋ ਰਹੀ, ਤਕਰੀਬਨ ਅਸੀਂ ਸਾਰੇ ਭਾਰਤ ਦੇ ਵਿੱਚ ਮਹਾਂਪੰਚਾਇਤਾਂ ਕਰ ਰਹੇ ਹਾਂ। ਜਿਹੜੀਆਂ ਇਹ ਮਹਾਂਪੰਚਾਇਤਾਂ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸਾਂਝਾ ਫੋਰਮ ਆ ਇਹ ਬਣਾ ਕੇ ਜਿਹੜੀਆਂ 36 ਜਥੇਬੰਦੀਆਂ ਟੋਟਲ ਇਹ ਮਹਾਂਪੰਚਾਇਤਾਂ ਹੋ ਰਹੀਆਂ। ਇਹ ਜਿਹੜੀ ਪੰਜਾਬ ਦੇ ਵਿੱਚ ਮਹਾਂਪੰਚਾਇਤ ਆ ਇਹ ਤੀਜੀ ਮਹਾਂਪੰਚਾਇਤ ਚੌਥੀ ਮਹਾਂਪੰਚਾਇਤ ਆ ਜਿਹੜੀ ਬਰਨਾਲਾ ਵਿਖੇ ਹੋ ਰਹੀ ਆ। ਇਸ ਤੋਂ ਪਹਿਲਾਂ 14-12 ਨੂੰ ਜਿਹੜੀ ਸਰਾਭਾ ਹੋਈ ਸੀ ਅਤੇ 15-12 ਨੂੰ ਜਿਹੜੀ ਮੁਕੀ ਹੋਈ ਸੀ ਅਤੇ ਜਿਹੜੀ 2 ਜਨਵਰੀ ਨੂੰ ਹੋਈ ਆ ਉਹ ਹੋਈ ਜੰਡਿਆਲਾ ਗੁਰੂ ਦੀ ਧਰਤੀ 'ਤੇ ਅਤੇ ਜਿਹੜੀ ਇਹ ਚੌਥੀ ਆ ਇਹ ਬਰਨਾਲਾ ਮੰਡੀ ਵਿਖੇ ਹੋ ਰਹੀ ਆ। ਇਸ ਤੋਂ ਸਿੱਧ ਹੋਊਗਾ ਕਿ ਜਿਹੜੇ ਸਾਡੇ ਨਾਲ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ, ਕਿਉਂਕਿ ਜਦੋਂ 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਅਸੀਂ ਦਿੱਲੀ ਜੰਤਰ ਮੰਤਰ 'ਚ ਇੱਕ ਬਹੁਤ ਵੱਡੀ ਐਗੀਟੇਸ਼ਨ ਲੜੀ ਸੀ 13 ਤਰੀਕ ਨੂੰ, ਮਾਰਚ ਨੂੰ 13 ਤੋਂ ਲੈ ਕੇ 20 ਤਰੀਕ ਤੱਕ ਕੋਈ ਕਾਂਗਰਸ ਦਾ ਲੀਡਰ ਕੋਈ ਵੀ ਮੈਮੋਰੈਂਡਮ ਲੈਣ ਨਹੀਂ ਆਇਆ ਅਤੇ 20 ਮਾਰਚ ਨੂੰ ਰਾਜਨਾਥ ਸਿੰਘ ਆਇਆ ਔਰ ਸਟੇਜ ਤੋਂ ਦਾਸ ਦੇ ਕੋਲੇ ਖੜ ਕੇ ਬੋਲਿਆ ਸੀ ਵੀ ਸਾਡੀ ਸਰਕਾਰ ਬਣਾਓ, ਸਾਡੀ ਸਰਕਾਰ ਬਣਦਿਆਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲਕੀਰ ਫੇਰੀ ਜਾਊਗੀ ਅਤੇ ਅਸੀਂ ਝਾਸੇ ਵਿੱਚ ਆ ਕੇ ਹੱਥ ਖੜੇ ਕਰਕੇ ਇਹਨਾਂ ਦੀ ਸਰਕਾਰ ਬਣਾਤੀ। ਹੋਇਆ ਕੀ, ਇਸ ਦੇ ਉਲਟ, ਕਿਉਂਕਿ ਜਦੋਂ ਵੀ ਇਹ ਕਾਰਪੋਰੇਟ ਘਰਾਣਿਆਂ ਨੂੰ ਜਨਮ ਦੇਣ ਵਾਲੀ ਸਰਕਾਰ ਆ, ਜੇ ਮੈਂ ਗੱਲ ਕਰਾਂ ਅੱਜ ਪੰਜਾਬ ਸਰਕਾਰ ਦੀ ਹੋਵੇ ਚਾਹੇ ਕੇਂਦਰ ਸਰਕਾਰ ਦੀ ਹੋਵੇ, ਕਿਸਾਨਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ, ਜਿਸ ਦੇ ਸੰਬੰਧ ਦੇ ਵਿੱਚ ਅਸੀਂ ਕਿਸਾਨਾਂ ਨੂੰ ਜਗਾਉਣ ਲਈ ਅਤੇ ਇਹ ਸਾਰੀ ਹਵਾਮ ਨੂੰ ਦੱਸਣ ਲਈ ਕਿ ਜਿੰਨੀ ਦੇਰ ਤੱਕ ਆਪਾਂ ਆਪਣੀ ਲੜਾਈ ਆਪਣੇ ਮੋਢਿਆਂ 'ਤੇ ਨਹੀਂ ਲੜਦੇ ਉਨੀ ਦੇਰ ਤੱਕ ਤੁਸੀਂ ਕੋਈ ਮੰਜ਼ਿਲ ਨਹੀਂ ਤੈਅ ਕਰ ਸਕਦੇ। ਕੇਵਲ ਦੇ ਕੇਵਲ ਲੜਾਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪ ਨੂੰ ਲੜਨੀ ਪੈਣੀ ਆ, ਨਾ ਕਿ ਇਹਨਾਂ ਦੀ ਲੜਾਈ ਰਾਜ ਸਰਕਾਰਾਂ ਨੇ ਲੜਨੀ ਆ, ਨਾ ਕੇਂਦਰ ਸਰਕਾਰਾਂ ਨੇ ਲੜਨੀ ਆ, ਨਾ ਸੂਬਾ ਸਰਕਾਰਾਂ ਨੇ ਲੜਨੀ ਆ। ਇਹਨਾਂ ਅਸੀਂ ਬੇਨਤੀਆਂ ਇੱਥੋਂ ਕਰਨੀਆਂ ਮਹਾਂਪੰਚਾਇਤ ਤੋਂ, ਬਾਕੀ ਆਗੂ ਹੈਗੇ ਹੋਰ ਉਹ ਵੀ ਨਾਲ ਦੱਸਣਗੇ।